ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਢਾਂਚੇ ਨੂੰ ਸੁਧਾਰਨ ਲਈ ਵਿਭਾਗ ਆਪਣੀਆਂ ਨੀਤੀਆਂ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਹੈ। ਹਾਲਾਂਕਿ ਇਸ ਨਾਲ ਜਨਤਾ ਨੂੰ ਕਿੰਨਾ ਫਾਇਦਾ ਹੋਏਗਾ ਇਹ ਤਾਂ ਸਮਾਂ ਹੀ ਦੱਸੇਗਾ। ਜੇਕਰ ਗੱਲ ਕਰੀਏ ਡੇਂਗੂ ਦੀ ਤਾਂ ਸਿਹਤ ਵਿਭਾਗ ਪਹਿਲਾਂ ਹੀ ਗੁਮਸੀਆ ਮੱਛੀ ਦੇ ਪ੍ਰੋਜੈਕਟ ਨੂੰ ਲਿਆ ਚੁੱਕਿਆ, ਪਰ ਉਸਦਾ ਵੱਡਾ ਫਾਇਦਾ ਵੇਖਣ ਨੂੰ ਨਹੀਂ ਮਿਲਿਆ, ਜਿਸ ਨੂੰ ਵਧਾਉਣ ਲਈ ਹੁਣ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ। ਜ਼ਿਕਰ ਖਾਸ ਹੈ ਕਿ ਇਹ ਮੱਛੀ ਡੇਂਗੂ ਦੇ ਲਾਰਵੇ ਨੂੰ ਖਾਂਦੀ ਹੈ, ਜਿਸ ਨਾਲ ਡੇਂਗੂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਮੱਛੀ ਜ਼ਿਲ੍ਹਾ ਸਿਹਤ ਕੇਂਦਰ ਵਿੱਚ ਮੁਫ਼ਤ ਦਿੱਤੀ ਜਾਂਦੀ ਹੈ। ਇਹ ਜੋ ਆਪਣਾ ਗੰਬੂਜੀਆ ਆਪਣੀ ਫਿਸ਼ ਹੁੰਦੀ ਹੈ, ਇਹ ਦਰਅਸਲ ਜੋ ਡੈਂਗੀ ਦਾ ਮੱਛਰ ਹੈ ਇਹਦੇ ਲਾਰਵੇ ਖਾਂਦੀ ਹੈ, ਇਸ ਕਰਕੇ ਇਹਨੂੰ ਅਸੀਂ ਅੱਡ ਅੱਡ ਜੋ ਆਪਣੇ ਪੌਂਡਸ ਹੁੰਦੇ ਪਿੰਡਾਂ 'ਚ ਉੱਥੇ ਛੱਡਦੇ ਹਾਂ, ਤਾਂ ਜੋ ਜੇ ਜਿਹੜਾ ਮੱਛਰ ਹੈ ਉਹ ਪਾਣੀ 'ਚ ਆਂਡੇ ਦੇਗਾ ਉਹਦਾ ਲਾਰਵਾ ਬਣੇਗਾ, ਇਹ ਲਾਰਵਾ ਖਾ ਜਾਏਗੀ, ਇਹਦਾ ਮਤਲਬ ਜੋ ਆਪਣੇ ਮੱਛਰ ਦੀ ਗਿਣਤੀ ਹੈ ਉਹ 'ਚ ਕਮੀ ਆ ਜਾਂਦੀ।